ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਸੱਚੇ ਸੌਦੇ ਦਾ ਪ੍ਰੇਮੀ ਤਣੋ ਮਣੋ ਮੰਨਦਾ ਹੈ ਸੱਚੇ ਦਿਲੋਂ ਅੰਦਰੋਂ ਇਹ ਨਹੀਂ ਵੀ ਕੱਲਾ ਸੀਸ ਝੁਕਾਉਣ ਨਾਲ ਤਾਂ ਸ਼ਾਇਦ ਇੰਨਾ ਕੋਈ ਵੀ ਨਹੀਂ ਮੰਨਦਾ ਡੇਰੇ ਸੱਚੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਅਸੀਂ ਮੰਨਦੇ ਹਾਂ ਅਸੀਂ ਆਹ ਦਾਅਵੇ ਨਾਲ ਕਹਿੰਦੇ ਹਾਂ ਵੀ ਇੰਨਾ ਕੋਈ ਵੀ ਨਹੀਂ ਮੰਨਦਾ ਦਾ ਫੈਕਟ ਟਾਈਮ 'ਚ ਤੁਹਾਡਾ ਸਵਾਗਤ ਹੈ ਮੈਂ ਸੁਖਵਿੰਦਰ ਕੋਟ ਡੇਰਾ ਸੱਚੇ ਸੌਦੇ ਦਾ ਸਹੀ ਸੱਚ ਜੋ ਸੱਚ ਸਾਡੇ ਤੋਂ ਛੁਪਾਇਆ ਗਿਆ ਅਸੀਂ ਕੋਸ਼ਿਸ਼ ਕਰਾਂਗੇ ਉਹ ਸੱਚ ਨੂੰ ਜਾਣਨ ਦੀ ਅਸੀਂ ਰੂਬਰੂ ਕਰਾਂਗੇ ਉਹ ਲੋਕਾਂ ਨੂੰ ਤੁਹਾਡੇ ਦੇ ਨਾਲ ਉਹ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਅਕਸਰ ਪਿਛਲੇ ਕਾਫੀ ਸਮੇਂ ਤੋਂ ਡੇਰੇ ਦੇ ਨਾਲ ਜੁੜੇ ਹੋਏ ਅੱਜ ਅਸੀਂ ਪਹੁੰਚੇ ਹਾਂ ਜਲਾਲੈਣਾ ਜਲਾਲੈਣਾ ਦੀ ਧਰਤੀ 'ਤੇ ਅੱਜ ਜਿਹੜਾ ਸਫਾਈ ਅਭਿਆਨ ਦਾ ਪ੍ਰੋਗਰਾਮ ਪਿੰਡ ਵੱਲੋਂ ਰੱਖਿਆ ਗਿਆ ਇਸ ਸਫਾਈ ਅਭਿਆਨ ਦੇ ਵਿੱਚ ਉਹ ਸੇਵਾਦਾਰ ਜੋ ਸਾਨੂੰ ਲੱਗਿਆ ਵੀ ਇਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕੁਝ ਸੇਵਾਦਾਰਾਂ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਸ਼ੁਭ ਨਾਮ ਹੈ ਤੁਹਾਡਾ ਬਾਈ ਜੀ ਸੁਰਜੀਤ ਸਿੰਘ ਇੰਸਾ ਪਿੰਡ ਦਾਦੂ ਬਲਾਕ ਭੰਗੀ ਦਾ ਸ੍ਰੀ ਜਲਾਲ ਸਾਹਿਬ ਸੁਰਜੀਤ ਸਿੰਘ ਜੀ ਤੁਸੀਂ ਡੇਰੇ ਤੋਂ ਕਦੋਂ ਤੋਂ ਜੁੜੇ ਹੋ ਭਾਈ ਜੀ ਡੇਰੇ ਤੋਂ ਅਸੀਂ ਸੰਨ 1990 ਤੋਂ ਜੁੜੇ ਹੋਏ ਹਾਂ ਜੀ ਹਾਂਜੀ 1990 ਤੋਂ ਜੁੜਨ ਤੋਂ ਬਾਅਦ ਹੁਣ ਤੱਕ ਤੁਸੀਂ ਕੀ ਐਸੀ ਗੱਲ ਹੈ ਵੀ ਤੁਸੀਂ ਡੇਰੇ ਨਾਲ ਜੁੜੇ ਹੋਏ ਬਾਈ ਦੇਖੋ ਜੀ ਆਪਣੇ ਪ੍ਰਤੱਖ ਨੂੰ ਤਾਂ ਪ੍ਰਮਾਣ ਦੀ ਕੋਈ ਲੋੜ ਹੀ ਨਹੀਂ ਹੁੰਦੀ ਜੀ ਡੇਰਾ ਸੱਚਾ ਸੌਦਾ ਇੱਕ ਚੜ੍ਹਦੇ ਸੂਰਜ ਤਰ੍ਹਾਂ ਹੈ ਸੂਰਜ ਨੂੰ ਕੋਈ ਕਿੰਨਾ ਚਿਰ ਘੋਲੂਗਾ ਸੱਚ ਸੀ ਸੱਚ ਹੈ ਅਤੇ ਸੱਚ ਹੀ ਰਹੂਗਾ ਜੀ ਹਾਂਜੀ ਬਾਈ ਜੀ ਤੁਹਾਡੇ ਜੁੜਨ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਹਾਡੇ ਕੋਈ ਬਦਲਾਵ ਆਇਆ ਜ਼ਿੰਦਗੀ 'ਚ ਹਾਂਜੀ ਪਹਿਲਾਂ ਅਸੀਂ ਦੁਨੀਆਦਾਰੀ 'ਚ ਪੱਠ ਝੋਕਦੇ ਫਿਰਦੇ ਸੀਗੇ ਜੀ ਹਰ ਇੱਕ ਥਾਂ ਮਤਲਬ ਜਿੱਥੇ ਕੋਈ ਨਹੀਂ ਵੀ ਫਾਇਦਾ ਹੁੰਦਾ ਸੀ ਜਿੱਥੇ ਵੀ ਕੋਈ ਕਹਿ ਦਿੰਦਾ ਸੀਗਾ ਮਤਲਬ ਜੜ ਪੂਜਾ 'ਚ ਲੱਗੇ ਹੋਏ ਸੀਗੇ ਉਸ ਤੋਂ ਬਾਅਦ ਸਤਿਗੁਰ ਨੇ ਐਸੀ ਅੱਖ ਦਿੱਤੀ ਵੀ ਸਤਿਗੁਰ ਦੇ ਨਜ਼ਾਰੇ ਦੇਖ ਕੇ ਹੋਰ ਕਿਸੇ ਪਾਸੇ ਝਾਕਣ ਨੂੰ ਜੀਅ ਨਹੀਂ ਕਰਿਆ ਇੱਕ ਜ਼ਿੰਦਗੀ ਸੰਵਰ ਗਈ ਕਿਸ ਤਰ੍ਹਾਂ ਦੀ ਅੱਖ ਤੁਸੀਂ ਦੇਖੀ ਅੱਖ ਦੇਖੋ ਜੀ ਜਦੋਂ ਪੂਰਨ ਸਤਿਗੁਰ ਮਿਲਿਆ ਪੂਰਨ ਸਤਿਗੁਰ ਮਿਲਣ ਤੋਂ ਬਾਅਦ ਨਾਮ ਦੀ ਦਾਤ ਮਿਲੀ ਬੁਰਾਈਆਂ ਛੱਡੀਆਂ ਅਤੇ ਸਤਿਗੁਰ ਨੇ ਸੱਚਾ ਰਾਹ ਦਿਖਾਇਆ ਸੇਵਾ ਸਿਮਰਨ ਨਾਲ ਜੋੜੇ ਤਾਂ ਇਸ ਤਰ੍ਹਾਂ ਜੀ ਇੱਕ ਨਵਾਂ ਜੀਵਨ ਮਿਲ ਗਿਆ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ ਮੈਂ ਪਲੱਸ ਟੂ ਕੀਤੀ ਹੋਈ ਜੀ ਪਲੱਸ ਟੂ ਪੜ੍ਹੀ ਕੀਤੀ ਹੋਈ ਹੈ ਹਾਂਜੀ ਤੁਸੀਂ ਸਾਨੂੰ ਇਹ ਵੀ ਦੱਸੋ ਵੀ ਜੋ ਡੇਰੇ ਦੀ ਵਿਚਾਰਧਾਰਾ ਹੈ ਉਹ ਕਿਹੋ ਜਿਹੀ ਵਿਚਾਰਧਾਰਾ ਕੀ ਕਰਨ ਲਈ ਕਿਹਾ ਜਾਂਦਾ ਡੇਰੇ 'ਚ ਡੇਰੇ ਦੀ ਵਿਚਾਰਧਾਰਾ ਜੀ ਡੇਰੇ ਦੇ ਮੈਂ ਜਿਨ੍ਹਾਂ ਦੇ ਵਿੱਚ ਕਿ ਬਹੁਤ ਆ ਜਾਂਦਾ ਵੀ ਜਿਵੇਂ ਬਲੱਡ ਦਾਨ ਬਾਡੀ ਦਾਨ ਅੱਖਾਂ ਦਾਨ ਮਤਲਬ ਸਫਾਈ ਅਭਿਆਨ ਪਰਹਿਤ ਦੀ ਸੇਵਾ ਇਸ ਤਰ੍ਹਾਂ ਦੇ 136 ਮਾਨਤਾ ਭਲਾਈ ਦੇ ਕੰਮ ਹੈ ਜੀ ਜਿਹੜਾ ਹਰ ਪਰਹਿਤ ਦੀ ਸੇਵਾ ਵਾਸਤੇ ਡੇਰਾ ਸੱਚਾ ਸੌਦਾ ਹਰ ਦਮ ਤਤਪਰ ਹੈ ਪਰ ਮੀਡੀਆ ਵੱਲੋਂ ਤਾਂ ਕੁਛ ਹੋਰ ਹੀ ਭਰੋਸਾ ਹੈਗਾ ਦੇਖੋ ਜੀ ਮੀਡੀਆ ਤਾਂ ਸਭ ਬਕਾਊ ਮੀਡੀਆ ਹੈ ਮੀਡੀਆ ਤਾਂ ਉੱਧਰ ਹੀ ਬੋਲਦਾ ਜਦੋਂ ਮੀਡੀਆ ਨੂੰ ਪੈਸੇ ਮਿਲਦੇ ਨੇ ਪਰ ਸੱਚ ਨੂੰ ਤਾਂ ਕੋਈ ਛੁਪਾ ਨਹੀਂ ਸਕਦਾ ਨਾ ਜੋ ਸੱਚ ਡੇਰਾ ਸੱਚਾ ਸੌਦਾ ਪਹਿਲਾਂ ਵੀ ਸੱਚ ਸੀ ਸੱਚ ਹੈ ਅਤੇ ਸੱਚ ਹੀ ਰਹੂਗਾ ਮੀਡੀਆ ਚਾਹੇ ਕੁਛ ਵੀ ਕਹਿੰਦਾ ਰਹੇ ਤੁਹਾਡੇ ਕਹਿਣ ਦਾ ਮਤਲਬ ਜੋ ਮੀਡੀਆ ਨੇ ਪ੍ਰਚਾਰ ਕੀਤਾ ਉਹ ਗਲਤ ਹੈ 100% ਜੀ 101% ਗਲਤ ਹੈ ਜੀ ਤੁਹਾਨੂੰ ਤੁਹਾਡੇ ਸਤਿਗੁਰੂ 'ਤੇ ਪੂਰਾ ਵਿਸ਼ਵਾਸ ਹੈ 101% ਜੀ ਸਾਡਾ ਸਤਿਗੁਰੂ ਜੋ ਉਹਨਾਂ 'ਤੇ ਐਲੀਗੇਸ਼ਨ ਲੱਗੇ ਨੇ ਉਹ ਗਲਤ ਹੈ ਹਾਂਜੀ ਨਿਰਾਧਾਰ ਜੀ ਝੂਠ ਨਿਰਾਧਾਰ ਝੂਠ ਸੱਚ ਨੇ ਤਾਂ ਇੱਕ ਦਿਨ ਅੱਗੇ ਆਉਣੇ ਆ ਜੀ ਕੌਣ ਨੇ ਉਹ ਲੋਕ ਜਿਹੜਾ ਇਸ ਤਰ੍ਹਾਂ ਕਰ ਰਹੇ ਨੇ ਦੇਖੋ ਜੀ ਉਹ ਲੋਕ ਤਾਂ ਬਹੁਤ ਜ਼ਿਆਦਾ ਨੇ ਕੋਈ ਕਿਹਦਾ ਨਾਂ ਲਵਾਂਗੇ ਧਰਮ ਦੇ ਨਾਲ ਸੰਬੰਧ ਹੈ ਉਹਨਾਂ ਨਹੀਂ ਧਰਮ ਨਾਲ ਨਹੀਂ ਆਪਾਂ ਕਹਿ ਸਕਦੇ ਜੀ ਜੈਸੇ ਜਿਵੇਂ ਮਤਲਬ ਕੋਈ ਡਰੱਗ ਮਾਫੀਆ ਬੁਰਾਈ ਕਰਨ ਵਾਲੇ ਲੋਕ ਕੁਛ ਇਹ ਕਹਿੰਦੇ ਆ ਵੀ ਡੇਰਾ ਸੱਚਾ ਸੌਦਾ ਕਿਤੇ ਸਾਰੀ ਦੁਨੀਆ ਨੂੰ ਦੱਬ ਕੇ ਅੱਗੇ ਨਾ ਆ ਜੇ ਅਸੀਂ ਪਿੱਛੇ ਰਹਿ ਜਾਈਏ ਕੁਛ ਮਤਲਬ ਪੋਲਟਿਕਸ ਬੰਦੇ ਜਿਵੇਂ ਵੀ ਆਪਾਂ ਕਹਿ ਸਕਦੇ ਹਾਂ ਜੀ ਮਤਲਬ ਡੇਰੇ ਨੂੰ ਸੱਚੇ ਸੌਦੇ ਨੂੰ ਜੀ ਇੱਕ ਗਲਤ ਨਿਗਾਹ ਨਾਲ ਦੇਖਿਆ ਜਾ ਰਿਹਾ ਜੀ ਉਹਨਾਂ ਦੀ ਤਰਫੋਂ ਅਤੇ ਡੇਰਾ ਬਿਲਕੁਲ ਸੱਚਾ ਸੀ ਅਤੇ ਸੱਚਾ ਹੀ ਹੈ ਪਿੱਛੇ ਜੇ ਇੱਕ ਪ੍ਰੇਮੀ ਦੀ ਹੱਤਿਆ ਕੀਤੀ ਗਈ ਸੀਗੀ ਕੌਣ ਨੇ ਉਹ ਲੋਕ ਜਿਨ੍ਹਾਂ ਨੇ ਹੱਤਿਆ ਕੀਤੀ ਹੈ ਕੋਈ ਜਾਣ ਸਕਦੇ ਹੋ ਕੋਈ ਦੱਸ ਸਕਦੇ ਹੋ ਦੇਖੋ ਜੀ ਉਹ ਤਾਂ ਜੀ ਪ੍ਰਸ਼ਾਸਨ ਦਾ ਕੰਮ ਹੈ ਜੀ ਉਹਨਾਂ ਬਾਰੇ ਦੱਸਣਾ ਜਾਂ ਉਹਨਾਂ ਨੂੰ ਨੰਗਾ ਕਰਨਾ ਜਾਂ ਅੱਗੇ ਲਿਆਉਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਇਹ ਮਤਲਬ ਸਾਡਾ ਕੰਮ ਨਹੀਂ ਉਹਨਾਂ ਬਾਰੇ ਦੱਸਣਾ ਜੇ ਪ੍ਰਸ਼ਾਸਨ ਅੱਗੇ ਲਿਆਊਗਾ ਸੱਚ ਨੂੰ ਤਾਰੂਗਾ ਤਾਂ ਫਿਰ ਹੀ ਸੱਚ ਦਾ ਪਤਾ ਲੱਗੂਗਾ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਸੱਚੇ ਸੌਦੇ ਦਾ ਪ੍ਰੇਮੀ ਤਣੋ ਮਣੋ ਮੰਨਦਾ ਸੱਚੇ ਦਿਲੋਂ ਅੰਦਰੋਂ ਇਹ ਨਹੀਂ ਵੀ ਇਕੱਲਾ ਸੀਸ ਝੁਕਾਉਣ ਨਾਲ ਤਾਂ ਸ਼ਾਇਦ ਇੰਨਾ ਕੋਈ ਵੀ ਨਹੀਂ ਮੰਨਦਾ ਡੇਰੇ ਸੱਚੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਅਸੀਂ ਮੰਨਦੇ ਹਾਂ ਅਸੀਂ ਆਹ ਦਾਅਵੇ ਨਾਲ ਕਹਿੰਦੇ ਹਾਂ ਵੀ ਇੰਨਾ ਕੋਈ ਵੀ ਨਹੀਂ ਮੰਨਦਾ ਸਾਡਾ ਮਤਲਬ ਜਿਹੜਾ ਸੱਚੇ ਸੌਦੇ ਦਾ ਪ੍ਰੇਮੀ ਹੈ ਉਹ ਇੱਕ ਕੁੱਤੇ ਦੇ ਡਾਂਗ ਨਹੀਂ ਮਾਰ ਸਕਦਾ ਜੀ ਅਤੇ ਐਡਾ ਵੱਡਾ ਘਨੋਰ ਪਾਪ ਜੀ ਇਹ ਤਾਂ ਸਾਡੇ 'ਤੇ ਇੱਕ ਦੂਸ਼ਣ ਲਾਇਆ ਜਾ ਰਿਹਾ ਜੀ ਅਸੀਂ ਸਰਕਾਰਾਂ ਮਰੂ ਇਹੀ ਮੰਗ ਰੱਖਦੇ ਹਾਂ ਵੀ ਇਹ ਪਰਦਾ ਚੱਕਿਆ ਜਾਵੇ ਗੁਰੂ ਗ੍ਰੰਥ ਸਾਹਿਬ ਬਰਾਮਦ ਕਰਕੇ ਅਤੇ ਉਹ ਜਿਹੜੇ ਦੋਖੀ ਆ ਸਾਹਮਣੇ ਲਿਆਉਂਦੇ ਜਾਣ ਇਹ ਸਾਡੇ ਤੋਂ ਕਲੰਕ ਹਟੇ ਗੁਰੂ ਜੀ ਸਾਡੇ ਸਮਾਜ ਦੇ ਵਿੱਚ ਇਸ ਸਮੇਂ ਸਾਡੇ ਨਾਲ ਨਹੀਂ ਹੈਗੇ ਉਹਦਾ ਕੋਈ ਅਸਰ ਪਿਆ ਅਸੀਂ ਤਾਂ ਹਰ ਵਕਤ ਹੀ ਨਾਲ ਸਮਝਦੇ ਹਾਂ ਜੀ 24 ਘੰਟੇ ਹਾਜ਼ਰ ਨਾਜ਼ਰ ਸਮਝਦੇ ਹਾਂ ਇਸ 'ਤੇ ਨਾਲ ਸਮਝਦੇ ਹਾਂ ਮਤਲਬ ਹੀ ਨਹੀਂ ਜੀ ਉਹ ਤਾਂ ਜੀ ਸਤਿਗੁਰ ਦੀ ਮੌਜ ਹੁੰਦੀ ਹੈ ਜੋ ਵੀ ਹੈ ਉਹਨਾਂ ਦਾ
ਮਤਲਬ ਇੱਕ ਕਦਮ ਵੀ ਬਿਨਾ ਵਜ੍ਹਾ ਤੋਂ ਨਹੀਂ ਹੁੰਦਾ ਇਹ ਤਾਂ ਸਤਿਗੁਰੂ ਜਾਣੇ ਵੀ ਉੱਥੇ ਕਿਸ ਵਿਸ਼ੇ ਤੇ ਗਏ ਨੇ ਪਰ ਅਸੀਂ ਨਹੀਂ ਸਮਝਦੇ ਵੀ ਸਾਡੇ ਨਾਲ ਵੱਖ ਹੈ ਜੇ ਅਸੀਂ ਵੱਖ ਸਮਝਦੇ ਹੁੰਦੇ ਤੁਸੀਂ ਦੇਖੋ ਜੀ ਕਿੰਨੀ ਸੰਗਤ ਸੇਵਾ ਕਰ ਰਹੀ ਹੈ ਤੇ ਸਾਨੂੰ ਇਹ ਵੀ ਦੱਸੋ ਤੁਸੀਂ ਸਰਜੀਤ ਸਿੰਘ ਜੀ ਵੀ ਜੋ ਮਤਲਬ ਕਿ ਵੀ ਸਰਕਾਰ ਹੈ ਦਿਨ ਪਰ ਦਿਨ ਗੁਰੂ ਜੀ ਨੂੰ ਦੀ ਰਿਹਾਈ ਨੂੰ ਲੈ ਕੇ ਮੰਗ ਜਿਹੜੀ ਜਿਹੜੀ ਸੰਗਤ ਵੱਲੋਂ ਵੱਧਦੀ ਜਾ ਰਹੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜੋ ਕੁਝ ਲੋਕ ਜੋ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਡੇਰੇ ਦੀ ਸੱਚਾਈ ਬਾਰੇ ਨਹੀਂ ਪਤਾ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਵੀ ਡੇਰੇ ਵਿੱਚ ਕੀ ਸੱਚਾਈ ਹੈ ਆਖਰ ਸੱਚ ਕੀ ਹੈ ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਵੀ ਲੋਕਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਤੁਸੀਂ ਆਓ ਡੇਰੇ ਸੱਚੇ ਆਓ ਸੱਚਾ ਸੌਦਾ ਆਓ ਦੇਖੋ ਪਰਖੋ ਫਿਰ ਉਸ ਤੋਂ ਬਾਅਦ ਨਿਰਣਾ ਲਓ ਵੀ ਡੇਰਾ ਸੱਚਾ ਸੌਦਾ ਚੀਜ਼ ਕੀ ਹੈ ਅਤੇ ਵੀ ਕੀ ਇੱਥੇ ਸੱਚ ਹੈ ਕੀ ਲੋਕਾਂ 'ਚ ਝੂਠ ਦਿਖਾਇਆ ਜਾ ਰਿਹਾ ਅਤੇ ਇਹ ਤਾਂ ਹਰ ਇੱਕ ਬੱਚੇ ਬੱਚੇ ਦੀ ਮੰਗ ਹੈ ਵੀ ਮਤਲਬ ਮਹਾਰਾਜ ਜੀ ਛੇਤੀ ਛੇਤੀ ਬਾਹਰ ਆਉਣ ਅਤੇ ਲੋਕ ਭਲਾਈ ਦੇ ਕੰਮ ਚੱਲਣ ਦੇਖੋ ਜੀ ਮਹਾਰਾਜ ਜੀ ਤੋਂ ਮਗਰੋਂ ਮਗਰੋਂ ਕਿੰਨਾ ਘੋਰ ਪਾਪ ਹੋਣ ਲੱਗ ਗਏ ਨਸ਼ਾ ਵੱਧ ਗਿਆ ਬਹੁਤ ਬਹੁਤ ਬੁਰਾਈਆਂ ਵੱਧ ਗਈਆਂ ਅਗਰ ਮਹਾਰਾਜ ਜੀ ਸਤਸੰਗ ਕਰਦੇ ਤਾਂ ਇੰਨਾ ਕੁਛ ਬੁਰਾਈਆਂ ਨਾ ਫੈਲਦੀਆਂ ਜੀ ਬੁਰਾਈਆਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਨੇ ਕ੍ਰਾਈਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਜ਼ਰੂਰਤ ਹੈ ਸੰਤਾਂ ਨੂੰ ਸਾਡੇ ਰੂਬਰੂ ਸਾਡੇ ਵਿੱਚ ਲੈ ਕੇ ਆਉਣ ਦੀ ਤਾਂ ਕਿ ਜਿਹੜੀ ਬੁਰਾਈਆਂ ਨੂੰ ਠੱਲ ਪਾਈ ਜਾ ਸਕੇ ਸੋ ਸਰਜੀਤ ਸਿੰਘ ਜੀ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਦੇਖਦੇ ਰਹੋ ਦਾ ਅਫੈਕਟ ਟਾਈਮ